ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ 'ਤੇ ਖੇਡਾਂ 'ਚ ਅਹਿਮ ਯੋਗਦਾਨ ਪਾ ਰਹੇ ਅੰਤਰਰਾਸ਼ਟਰੀ ਕੋਚ ਹਰਭਜਨ ਸਿੰਘ ਗਿੱਲ ਦਾ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜ਼ਾਰਾ ਵਿਖੇ ਪਹੁੰਚਣ 'ਤੇ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਇਸ ਮੌਕੇ ਪ੍ਰਬੰਧਕ ਰਘੁਵੀਰ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾ ਭੇਟ ਕੀਤਾ ਗਿਆ। ਮਾਲਪੁਰ ਦੇ ਪਿੰਡ ਖੈੜ ਅਛਰੋਵਾਲ ਦੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਗਿੱਲ, ਜੋ ਅੰਤਰਰਾਸ਼ਟਰੀ ਰੈਫਰੀ ਨੇ ਫੁੱਟਬਾਲ ਦੇ, ਉਹਨਾਂ ਨੇ ਸਾਰੀ ਜ਼ਿੰਦਗੀ ਫੁੱਟਬਾਲ ਨੂੰ ਪ੍ਰਮੋਟ ਕੀਤਾ, ਖੇਡਾਂ ਨੂੰ ਪ੍ਰਮੋਟ ਕੀਤਾ, ਖਿਡਾਰੀਆਂ ਨੂੰ ਪ੍ਰਮੋਟ ਕੀਤਾ। ਅਤੇ ਹੁਣ ਕੁਛ ਸਮਾਂ ਪਹਿਲਾਂ ਉਹਨਾਂ ਨੇ ਫੈਸਲਾ ਕੀਤਾ ਕਿ ਖੇਡਾਂ ਦੇ ਨਾਲ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਹੈਲਥ ਅਤੇ ਐਜੂਕੇਸ਼ਨ ਵਾਲੇ ਪਾਸੇ ਵੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਜਿਹੜੀ ਹੈਗੀਆਂ ਐਕਟੀਵਿਟੀ ਸ਼ੁਰੂ ਕੀਤੀਆਂ। ਕੁਛ ਦਿਨ ਪਹਿਲਾਂ ਹੀ ਉਹਨਾਂ ਵੱਲੋਂ ਇੱਕ ਕੈਂਪ ਆਪਣੇ ਪਿੰਡ 'ਚ ਲਗਾਇਆ ਗਿਆ ਸੀਗਾ। ਇਹ ਕੈਂਪ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹੋਸਪਿਟਲ ਬੁੱਧ ਸਿੰਘ ਨਗਰ ਕੁੱਕੜ ਮਜ਼ਾਰਾ ਦੇ ਸਹਿਯੋਗ ਨਾਲ ਉੱਥੇ ਅਸੀਂ ਲਗਾਇਆ ਸੀਗਾ। ਅਤੇ ਉਹਨਾਂ ਨੇ ਫਿਰ ਇੱਥੇ ਆ ਕੇ ਹੋਸਪਿਟਲ ਦੀਆਂ ਸਾਰੀਆਂ ਜੋ ਕੁਛ ਵੀ ਅਸੀਂ ਇੱਥੇ ਕਰਦੇ ਹਾਂ, ਜਿਹੜੀਆਂ ਸਹੂਲਤਾਂ ਦਿੰਦੇ ਹਾਂ, ਉਹਨਾਂ ਨੂੰ ਚੈੱਕ ਕੀਤਾ ਅਤੇ ਬਹੁਤ ਖੁਸ਼ੀ ਉਹਨਾਂ ਨੇ ਪ੍ਰਗਟ ਕੀਤੀ। ਅਤੇ ਇਸ ਅਦਾਰੇ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਦੇ ਨਾਲ ਨਾਲ ਉਹਨਾਂ ਨੇ ਇਹਨੂੰ ਮਾਇਕ ਮਦਦ ਵੀ ਦਿੱਤੀ ਅਤੇ ਹਰ ਸਾਲ ਮਾਇਕ ਮਦਦ ਦੇਣ ਦਾ ਭਰੋਸਾ ਦਿੱਤਾ। ਅਤੇ ਬਹੁਤ ਸਾਰੇ ਮਰੀਜ਼ਾਂ ਦਾ ਉਦੋਂ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਮਰੀਜ਼ ਕੋਈ ਲੋੜਵੰਦ ਆਲੇ ਦੁਆਲੇ ਇਲਾਕੇ 'ਚੋਂ ਆਉਂਦਾ ਅਤੇ ਉਹਦੀ ਮਦਦ ਉਹਨਾਂ ਦੇ ਸਹਿਯੋਗ ਨਾਲ ਅਸੀਂ ਕਰਾਂਗੇ। ਅਤੇ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਗਿੱਲ ਹੋਰਾਂ ਦਾ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਮੇਸ਼ਾ ਹੀ ਇਸ ਅਦਾਰੇ ਦੇ ਉਹ ਵੱਡੇ ਸਹਿਯੋਗੀ ਬਣ ਰਹਿਣਗੇ। ਗੁਰੂ ਜੀ ਕੀ ਫਤਿਹ। ਬਸ ਠੀਕ ਹੈ।